ਦੇਖੋ ਜੀ, ਵੈਸੇ ਤਾਂ ਕੈਪਟਨ ਸਾਹਿਬ ਨੂੰ ਚਾਹੀਦਾ ਜੇ ਉਹਨੇ ਇਹ ਗੱਲ ਕੀਤੀ ਹੈ ਤੇ ਉਹਨੂੰ ਪੂਰੀ ਕਰਨੀ ਚਾਹੀਦੀ ਹੈ ਵੀ ਇਹਨਾਂ ਦਾ ਜੁੱਲੀ ਬਿਸਤਰਾ ਗੋਲ ਕਰਨਾ ਚਾਹੀਦਾ, ਇਹਨਾਂ ਨੂੰ ਬਿਲਕੁਲ ਇਹਨਾਂ ਨੂੰ ਹਟਾਉਣਾ ਚਾਹੀਦਾ। ਇੱਕ MP ਦਾ ਆਪ ਮੁੰਡਾ MLA ਹੋਵੇ ਔਰ ਇੱਥੋਂ ਲਗਭਗ 29,000 ਵੋਟਾਂ ਦੇ ਥੱਲੇ ਗਿਆ ਹੈ ਤੇ ਬਿਲਕੁਲ ਉਹਦਾ ਜਿਹੜਾ ਹੈਗਾ ਕੈਰੀਅਰ ਖਤਮ ਹੋ ਚੁੱਕਿਆ। ਕੋਈ ਇਹਨਾਂ ਨੂੰ ਲਾਈਕ ਨਹੀਂ ਕਰਦੇ, ਕੋਈ ਇਹਨਾਂ ਨੂੰ ਬੋਲਣ ਦਾ ਪਤਾ ਨਹੀਂ ਔਰ ਇਹਨਾਂ ਨੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਇੱਥੇ ਲੋਕਾਂ ਨੂੰ ਹਰਾਸਮੈਂਟ ਕੀਤਾ, ਪਰਚੇ ਦਰਜ ਕਰਾਏ। ਦੇਖੋ ਜੀ, ਵੈਸੇ ਤਾਂ ਕੈਪਟਨ ਸਾਹਿਬ ਨੂੰ ਚਾਹੀਦਾ ਜੇ ਉਹਨੇ ਇਹ ਗੱਲ ਕੀਤੀ ਹੈ ਤੇ ਉਹਨੂੰ ਪੂਰੀ ਕਰਨੀ ਚਾਹੀਦੀ ਹੈ ਵੀ ਇਹਨਾਂ ਦਾ ਜੁੱਲੀ ਬਿਸਤਰਾ ਗੋਲ ਕਰਨਾ ਚਾਹੀਦਾ, ਇਹਨਾਂ ਨੂੰ ਬਿਲਕੁਲ ਇਹਨਾਂ ਨੂੰ ਹਟਾਉਣਾ ਚਾਹੀਦਾ। ਬਾਕੀ ਜਿਹੜਾ ਹੈਗਾ ਇੱਕ MP ਦਾ ਆਪ ਮੁੰਡਾ MLA ਹੋਵੇ ਔਰ ਇੱਥੋਂ ਲਗਭਗ 29,000 ਵੋਟਾਂ ਦੇ ਥੱਲੇ ਗਿਆ ਤੇ ਬਿਲਕੁਲ ਉਹਦਾ ਜਿਹੜਾ ਹੈਗਾ ਕੈਰੀਅਰ ਖਤਮ ਹੋ ਚੁੱਕਿਆ। ਲੋਕ 2 ਸਾਲਾਂ ਦੇ ਵਿੱਚ ਉਹ ਬੰਦਾ ਹਿਸਾਬ ਲਾ ਲਓ 29,000 ਵੋਟ ਥੱਲੇ ਗਿਆ ਔਰ ਅਗਲੇ ਸਮੇਂ ਦੇ ਵਿੱਚ ਵੇਖਿਆ ਵੀ ਥੋੜ੍ਹੇ ਸਮੇਂ ਦੇ ਵਿੱਚ ਇਹ ਹੋਰ ਵੀ ਥੱਲੇ ਗਏ। ਕੋਈ ਇਹਨਾਂ ਨੂੰ ਲਾਈਕ ਨਹੀਂ ਕਰਦੇ, ਕੋਈ ਇਹਨਾਂ ਨੂੰ ਬੋਲਣ ਦਾ ਪਤਾ ਨਹੀਂ ਔਰ ਇਹਨਾਂ ਨੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਇੱਥੇ ਲੋਕਾਂ ਨੂੰ ਹਰਾਸਮੈਂਟ ਕੀਤਾ, ਪਰਚੇ ਦਰਜ ਕਰਾਏ, ਇਹ ਉਹਦਾ ਖਮਿਆਜ਼ਾ ਇਹ ਹੁਣ ਅੱਜ ਭੁਗਤ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਅਤੇ ਸਾਡੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਾਡੇ ਸਮੂਹ ਵਰਕਰ ਸਾਹਿਬਾਨ, ਇਹ ਉਹਨਾਂ ਦੀ ਜਿੱਤ ਹੈ ਜਿਨ੍ਹਾਂ ਨੇ ਸਾਰਿਆਂ ਨੇ ਸਰਦਾਰ ਸੁਖਬੀਰ ਸਿੰਘ ਬਣ ਕੇ ਇਲੈਕਸ਼ਨ ਲੜਿਆ, ਘਰ ਘਰ ਪਹੁੰਚ ਕੀਤੀ। ਮੈਂ ਇਹਨਾਂ ਸਾਰੇ ਵਰਕਰਾਂ ਦਾ ਧੰਨਵਾਦ ਹਾਂ ਬਾਦਲ ਸਾਹਿਬ ਵੱਲੋਂ ਵੀ ਜਿਨ੍ਹਾਂ ਨੇ ਰਾਤ ਦਿਨ ਇੱਕ ਕਰਤਾ ਅਤੇ ਅੱਜ ਤੁਸੀਂ ਉਹਦਾ ਰਿਜ਼ਲਟ ਦੇਖ ਰਹੇ ਹੋ ਅਤੇ ਜੋ ਪੰਜਾਬ ਦੇ ਵਿੱਚ ਕਿੰਤੂ ਪਰੰਤੂ ਜਿਹੜੇ ਕਰਦੇ ਸੀ, ਮੈਂ ਉਹਨਾਂ ਨੂੰ ਵੀ ਕਹਿਣਾ ਵੀ ਇੱਕ ਬਹੁਤ ਵੱਡਾ ਉਹਨਾਂ ਨੇ ਇੱਕ ਸਬਕ ਹੈ। ਕਬੀਰ ਸਿੰਘ ਬਾਦਲ ਵਿਕਾਸ ਪੁਰਸ਼, ਜੋ ਵਿਕਾਸ ਕੀਤਾ ਉਹਨਾਂ ਦੀ ਵਿਕਾਸ ਦੀ ਦੇਣ ਹੈ, ਅੱਜ ਵਧੀਆ ਜਿੱਤ ਪ੍ਰਾਪਤ ਕੀਤੀ ਹੈ ਜੀ। ਸਰਦਾਰ ਕਬੀਰ ਸਿੰਘ ਬਾਦਲ ਨੇ ਜਲਾਲਾਬਾਦ ਹਲਕੇ ਦੀ ਨਵਾਰ ਬਦਲਤੀ ਆ, ਇਸੇ ਤਰ੍ਹਾਂ ਹੀ 9 ਹਲਕੇ ਆਉਂਦੇ ਆ, ਹੁਣ 9 ਹਲਕਿਆਂ ਦੀ ਤੁਸੀਂ ਵੇਖਿਆ ਇਹ ਨਵਾਰ ਬਦਲ ਕੇ ਰੱਖ ਦੇਗਾ। ਸਰਦਾਰ ਕਬੀਰ ਸਿੰਘ ਬਾਦਲ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਅੱਜ ਮੈਂ ਕਹਿਣਾ ਵਿਕਾਸ ਦੀ ਜਿੱਤ ਹੋਈ ਹੈ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪਿਛਲੇ 10 ਸਾਲਾਂ ਦੀ ਸਰਕਾਰ ਵਿੱਚ ਰਿਕਾਰਡ ਤੋੜ ਪੰਜਾਬ ਦਾ ਵਿਕਾਸ ਕਰਾਇਆ, ਜਲਾਲਾਬਾਦ ਹਲਕੇ ਦਾ ਕਰਾਇਆ, ਬਠਿੰਡੇ ਦਾ ਕਹਿ ਲਈਏ, ਜਿੰਨਾ ਵਿਕਾਸ ਕਰਾਇਆ 2.5 ਸਾਲਾਂ ਦੀ ਸਰਕਾਰ, ਮੈਂ ਕਹਿੰਦਾ ਉਹਦੇ ਨਾਲ -200% ਥੱਲੇ ਹੈ। ਕੋਈ ਇਹਨਾਂ ਨੇ ਕਾਂਗਰਸ ਨੇ ਅੱਜ ਤੱਕ ਕਿਸੇ ਦਾ ਕੁਛ ਨਹੀਂ ਸਵਾਰਿਆ, 2.5 ਸਾਲ ਹੋ ਗਏ। ਕਿੰਨੇ ਇਹਨਾਂ ਨੇ ਲਾਰੇ ਲਾਏ ਸੀ, ਜਿਹੜਾ ਆਪਣਾ ਕਿਸਾਨਾਂ ਦਾ ਇਹਨਾਂ ਨੇ ਕਰਜ਼ਾ ਮਾਫ ਕਿਹਾ ਸੀ, ਘਰ ਘਰ ਨੌਕਰੀ ਕਹੀ ਸੀ, ਸਮਾਰਟ ਫੋਨ ਕਹੇ ਸੀ, ਦਾਲ ਆਟੇ ਦੇ ਨਾਲ ਦੇਸੀ ਘਿਓ, ਖੰਡ ਚਾਹ ਪੱਤੀ ਕਹੀ ਸੀ, ਹੋਰ ਸ਼ਗਨ ਸਕੀਮ ਇਹਨਾਂ ਨੇ ਕਿਹਾ 51,000 ਕਰਾਂਗੇ, ਪੈਨਸ਼ਨ 2500 ਕਰਾਂਗੇ, ਅੱਜ ਤੱਕ ਕੁਛ ਵੀ ਨਹੀਂ ਹੋਇਆ। ਇਹ ਜਨਤਾ ਨੇ ਜਵਾਬ ਦਿੱਤਾ ਕਾਂਗਰਸ ਦੇ ਮੂੰਹ 'ਤੇ, ਮੈਂ ਕਹਿੰਦਾ ਕਰਾਰੀ ਚਪੇੜ ਮਾਰੀ ਹੈ ਜਿਹੜੇ ਉਹਨਾਂ ਨੇ ਸਹੁੰ ਚੱਕ ਕੇ, ਜਿਹੜੇ ਝੂਠੇ ਵਾਅਦੇ ਪੰਜਾਬ 'ਚ ਕਰਕੇ ਸਰਕਾਰ ਬਣਾਈ ਸੀ। ਮੈਂ ਕਹਿਣਾ ਚਾਹੁੰਦਾ ਦਵਿੰਦਰ ਸਿੰਘ ਘਬਾਇਆ ਨੂੰ, ਐਡੀ ਘਟੀਆ ਸ਼ਬਦਾਵਲੀ, ਮੰਦੀ ਸ਼ਬਦਾਵਲੀ ਬੋਲਦਾ, ਕਹਿੰਦਾ ਸੀ ਸੁਖਬੀਰ ਬਾਦਲ ਜੀ ਜੁੱਲੀ ਬਿਸਤਰਾ ਬੰਨ ਕੇ ਆਉਣ, ਹੁਣ ਦੱਸੋ ਕਿੰਦਾ ਜੁੱਲੀ ਬਿਸਤਰਾ ਬਣਿਚਾ ਬਹਿ ਗਿਆ ਨਾ ਘਬਾਏ ਸਰਦਾਰ ਸੁਖਬੀਰ ਸਿੰਘ ਬਾਦਲ। ਇਹ ਜਿਹੜੀ ਸਾਡੇ ਜ਼ਿਲ੍ਹਾ ਫਾਜ਼ਿਲਕਾ ਦੀ ਜਿੱਤ ਹੈ, ਸ਼੍ਰੋਮਣੀ ਅਕਾਲੀ ਦਲ ਦੇ ਅਤੇ BJP ਦੇ ਵਰਕਰਾਂ ਦੀਆਂ ਆਸਾਂ ਨੂੰ ਬੂਰ ਪਿਆ। ਅਸੀਂ ਸਾਰੇ ਹੀ ਚਾਹੁੰਦੇ ਸਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇੱਥੇ ਇਲੈਕਸ਼ਨ ਲੜਨ ਔਰ ਇੱਥੋਂ ਦੀ ਸਾਰੀ ਜਨਤਾ ਨੇ, ਵਰਕਰਾਂ ਨੇ ਨਹੀਂ, ਸਾਰੀ ਪਬਲਿਕ ਨੇ ਹੀ ਸਾਡਾ ਸਾਥ ਦਿੱਤਾ, ਤਾਂ ਹੀ ਅਸੀਂ ਐਡੀ ਵੱਡੀ ਜਿੱਤ ਪ੍ਰਾਪਤ ਕਰ ਸਕੇ ਹਾਂ। ਇਹ ਸੁਖਬੀਰ ਸਿੰਘ ਦਾ ਆਪਦਾ ਉਹਨਾਂ ਦਾ ਜਿਹੜਾ ਹੈਗਾ ਮੌਜੂਦ ਹੈ, ਜਿਹੜਾ ਇਸ ਕਰਕੇ ਉਹਨਾਂ ਨੂੰ ਇੰਨੀਆਂ ਵੋਟਾਂ ਇੱਥੇ ਮਿਲੀਆਂ।